वाहेगुरु जी का खालसा वाहेगुरु जी की फतेह जी। अज ऐतवार का दिहाड़ा जी, गुरु का लंगर छक रहे ने सारे साडे परिवार के मैंबर जिहड़े वलंटियर आ छका भी रहे ने, जिहड़े नहीं छक सकते, जिहड़े वलंटियर नोट करते ने हर रोज़ का डाटा भी कौन प्रशादा घट छकदा कौन वध छकदा। प्रशादा वाहेगुरू, प्रशादा वाहेगुरू। ये उही बापू बजुर्ग ने, वीर ने, नौजवान ने जिहड़े किसी टाइम नरक कट रहे सी, कई वीरां नूं बजुर्गां नूं दिखाई नहीं दिंदा सी, अज दिखणा लग गया। कई बापू बजुर्ग वीर साडे सड़कां ते रोण लई मजबूर सी। आ देखो वीर चानण सिंह आ, बाई जंग पिंड तो लैके आए थे, बाई नूं चार भैणां भी मैंटली अपसैट सी, ये जंग सिंह बाई भी अपसैट सी। अज तुसीं देखो वधिया बैठा रोटी खा रहा, प्रशादा छक रहा, कित्थे घर दे विच कमरे च पिया सी, टॉयलेट ते भी ढेर लगे पए सी, उत्थे कमरे च नंगा ही घूमदा सी। इह 11-12 सालां बाद कपड़े पाए सी इहने, बाई ने इत्थे साडे कोले आके इस सुपनियां दे घर विच आ गए। ਇਹ ਆ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ। ਇਹਨਾਂ ਕਿਵੇਂ ਬਾਈ? ਠੀਕ ਆ। ਇਹ ਬਾਈ ਦਾ ਆਪਰੇਸ਼ਨ ਹੋ ਗਿਆ, ਪੱਟ ਟੁੱਟਿਆ ਸੀ, ਕਿੰਨੇ ਟਾਈਮ ਤੋਂ ਵਿਚਾਰਾ ਮੰਜੇ 'ਤੇ ਪਿਆ ਸੀ। ਇਹਦੀ ਵੀਰ ਦੀ ਲੱਤ ਕੱਟੀ ਹੋਈ ਆ, ਕੀੜੇ ਪਏ ਹੋਏ ਸੀ ਆ ਬੱਚੇ ਦੇ ਸਿਰ 'ਚ। ਜੀਤਾ ਬਾਈ ਮਹਿਲ ਕਲਾਂ ਤੋਂ, ਜਿਹਨੇ ਆਪਣੀ ਮਦਰ ਦਾ ਸਿਰ ਵੱਢਤਾ ਸੀ ਕਈਆਂ ਦੇ ਨਾਲ। ਪ੍ਰੇਮ ਸ਼ਰਮਾ ਬਾਈ 27-28 ਸਾਲਾਂ ਤੋਂ ਸੰਗਲਾਂ ਨਾਲ ਬੰਨਿਆ ਹੋਇਆ ਸੀ, ਜਮਾਤੂ ਬਾਈ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਜਿਹੜੇ ਆ ਪ੍ਰਸ਼ਾਦਾ ਵਰਤਾ ਰਹੇ ਨੇ, ਆ ਸੋਨੂੰ ਵੀਰ ਆ ਸਾਡਾ, ਇਹ ਵੀ ਮੈਂਟਲੀ ਅਪਸੈਟ ਸੀਗਾ, ਆ ਸੋਨੀ ਜਾਂਦਾ ਵਾ, ਇਹ ਵੀ ਸੰਗਲਾਂ ਨਾਲ ਬੰਨਿਆ ਹੋਇਆ ਸੀਗਾ, ਇਹ ਵੀ ਠੀਕ ਹੋ ਕੇ ਸਾਡੇ ਨਾਲ ਸੇਵਾ ਕਰਾ ਰਹੇ ਨੇ। ਹਰਬੰਸ ਸਾਹਿਬ ਬਾਈ, ਹਰਬੰਸ ਸਿੰਘ ਜੀ ਬਾਈ ਖਾਲਸਾ ਬਾਈ ਫਤਿਹ। ਨਿੰਗ ਸਿੰਘ ਬਾਪੂ ਜੀ ਨੂੰ 2-3 ਦਿਨ ਹੋਇਆ, ਤੁਸੀਂ ਦੇਖੀਆਂ ਫੋਟੋਆਂ ਵੀ ਅਸੀਂ ਸ਼ੇਅਰ ਕੀਤੀਆਂ ਸੀ ਇਹਨਾਂ ਦੀਆਂ, ਨਿਹੰਗਾ ਸਿੰਘਾਂ ਦੇ ਬਾਣੇ ਦੇ ਵਿੱਚ ਬਾਈ ਕਿਹੜੀ ਹਾਲਤ ਦੇ ਵਿੱਚ ਸੜਕ ਦੇ ਉੱਤੇ ਘੁੰਮਦਾ ਸੀ। ਗੋਲਡੀ ਬਾਈ ਠੀਕ ਹੋ? ਜਿਵੇਂ ਹਾਂਜੀ, ਸਤਿ ਸ਼੍ਰੀ ਅਕਾਲ ਚੋਕ ਬਾਈ, ਕਿਵੇਂ ਆ? ਠੀਕ ਆ। ਛੱਕ ਲਾ ਪਹਿਲਾਂ, ਛੱਕ ਲਾ, ਹਾਂ ਛੱਕ ਲਾ ਪਹਿਲਾਂ, ਆਪਾਂ ਫਿਰ ਗੱਲ ਕਰਦੇ ਹਾਂ। ਪ੍ਰਸ਼ਾਦਾ ਛੱਕ ਲਾ ਪਹਿਲਾਂ। ਹਾਂ ਆ ਦੇਖੋ, ਆ ਬਾਈ ਗੋਇਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਗੋਇਲ ਸਾਹਿਬ ਇੰਸਪੈਕਟਰ ਸੀਗੇ ਮੱਛੀ ਫਾਰਮ ਵਿਭਾਗ ਦੇ ਵਿੱਚ, ਮੱਛੀ ਪਾਲਣ 'ਚ ਕਿਵੇਂ ਜੱਟਾਂ ਕਿੱਡੀਆਂ ਕਿੱਡੀਆਂ ਸੀ, ਕਿਹੜੇ ਹਾਲਾਤਾਂ ਦੇ ਵਿੱਚੋਂ ਵੀਰ ਨੂੰ ਲੈ ਕੇ ਆਏ ਹਾਂ, ਤੁਸੀਂ ਸਾਰਿਆਂ ਨੇ ਦੇਖਿਆ ਉਸ ਦਿਨ। ਪਰ ਅੱਜ ਉਹੀ ਵੀਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ, ਮਾਨਸੇ ਤੋਂ ਲੈ ਕੇ ਆਏ ਸੀ ਵੀਰ ਨੂੰ, ਅਤੇ ਬੈਠਾ ਪੱਗ ਬੰਨ੍ਹੀ ਹੋਈ ਹੈ ਸਿਰ 'ਤੇ, ਪ੍ਰਸ਼ਾਦਾ ਛਕ ਰਿਹਾ ਸੁਰੇਸ਼ ਕੁਮਾਰ ਗੋਇਲ। ਇਹ ਉਹਦੀ ਕਿਰਪਾ ਜੀ, ਜਦੋਂ ਉਹਦੀ ਨਿਗਾਹ ਸਿੱਧੀ ਹੁੰਦੀ ਆ ਤਾਂ ਉਦੋਂ ਸੜਕਾਂ ਦੇ ਉੱਤੇ ਰੁਲਦੇ ਹੋਏ ਇਹਨਾਂ ਬੱਚਿਆਂ ਨੂੰ ਵੀ ਫੜ ਕੇ ਇਹਨਾਂ ਦੇ ਮੂੰਹ ਦੇ ਵਿੱਚ ਨਵਾਲਾ ਪਾ ਦਿੰਦਾ ਉਹ ਵਾਹਿਗੁਰੂ। ਹੁਣ ਇੱਥੇ ਗੇਟ ਦੇ ਉੱਤੇ ਸਾਡਾ ਵਲੰਟੀਅਰ ਖੜ੍ਹੇ ਨੇ ਵੀ ਜਿਹੜੇ ਸਾਰਿਆਂ ਤੋਂ ਐਪਰਨ ਫੜ ਰਹੇ ਨੇ, ਚਮਚ ਫੜ ਕੇ ਡੱਬਿਆਂ ਦੇ ਵਿੱਚ ਪਾ ਰਹੇ ਨੇ। ਆਹ ਬਾਈ ਤੁਸੀਂ ਦੇਖਿਆ ਸੀ ਮੰਜੇ ਦੇ ਉੱਤੇ ਬੰਨ੍ਹ ਕੇ ਸਿੰਗਲਾਂ ਦੇ ਨਾਲ ਲੈ ਕੇ ਆਉਂਦਾ ਸੀ, ਬਾਈ ਦੇ ਗਿੱਟੇ ਵੀ ਬੰਨ੍ਹੇ ਹੋਏ ਸੀ, ਗੁੱਟ ਵੀ ਬੰਨ੍ਹੇ ਹੋਏ ਸੀ, ਅਤੇ ਬਾਈ ਮੈਂਟਲੀ ਅਪਸੈਟ ਸੀਗਾ, ਜੇਲ੍ਹ 'ਚ ਲੈ ਕੇ ਵੀ ਆਇਆ 7 ਸਾਲ, ਇੰਨਾ ਜ਼ਿਆਦਾ ਦਿਮਾਗੀ ਅਪਸੈਟ ਸੀ ਬਾਈ। ਅਤੇ ਅੱਜ ਸ਼ਾਂਤ ਆ ਬਾਈ, ਵਾਹਿਗੁਰੂ ਮਿਹਰ ਕਰੇ ਆਉਣ ਵਾਲੇ ਸਮੇਂ 'ਚ ਮੇਰੀ ਸਿਹਤ ਠੀਕ ਰਹੇ, ਪਾਲਾ ਇਹ ਬਾਪੂ ਆ ਸਾਡਾ, ਬਾਪੂ ਗੇਲਾ ਬਾਬਾ ਵੀ ਅੱਖਾਂ ਤੋਂ ਬਲਾਈਂਡ ਆ, ਲੁੱਗੀ ਬਾਬਾ ਵੀ ਅੱਖਾਂ ਤੋਂ ਬਲਾਈਂਡ ਆ, ਦਿਖਾਈ ਨਹੀਂ ਦਿੰਦਾ ਪਰ ਫਿਰ ਵੀ ਆਪਣੀ ਇੱਕ ਸਾਫ਼ ਸੁਥਰੀ ਜ਼ਿੰਦਗੀ ਜਿਉਂਦੇ ਨੇ। ਕੁਲਵੀਰ ਸਿੰਘ ਕਾਕਾ ਬਾਪੂ ਜੀ ਵੀ ਅੱਖਾਂ ਤੋਂ ਬਲਾਈਂਡ ਨੇ, ਰਵੀ ਕੁਮਾਰ ਉਸ ਤੋਂ ਅੱਗੇ ਉਹ ਵੀ ਬਲਾਈਂਡ ਆ ਅੱਖਾਂ ਤੋਂ। ਇੱਧਰ ਸ਼ਰਮ ਸਿੰਘ ਬਾਪੂ ਇਹ ਵੀ ਅੱਖਾਂ ਤੋਂ ਕਰੀਬ ਕਰੀਬ ਬਲਾਈਂਡ ਆ, ਬਿਲਕੁਲ ਥੋੜ੍ਹਾ ਜਿਹਾ ਦਿਖਾਈ ਦਿੰਦਾ ਪਰ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਆ, ਆਪਣਾ ਇੱਕ ਚੰਗਾ ਜੀਵਨ ਇੱਥੇ ਬਤੀਤ ਕਰਦੇ ਨੇ। ਹੁਣ ਇੱਥੇ ਸਾਡੇ ਟੀਮ ਦੇ ਮੈਂਬਰ ਆ ਜਿਹੜੇ ਉਹ ਖੜ੍ਹੇ ਨੇ, ਐਪਰਨ ਖੋਲ੍ਹੀ ਜਾਂਦੇ ਨੇ,
मूँह साफ करी जाते हैं उस एपरन के नाल। ये एपरन हम उस तो बाद धोने दे देने हैं। हर रोज़ धोते हुए साफ सुथरे एपरन वरते जाते हैं। इन्हे सब्जियां जां कोई दालां थाली च बच जांदियां उह थल्ले ड्रम रख्या होया उहदे च पा दिंदे आ ते चम्मच कढ लैंदे आ सिर तों रुमाल उतारी जांदे आ। इह गुरु दी किरपा किद्दां किद्दां इह सारा कुछ हो रिहा। हाँ हाँ काकू किवें आ, इहने आ के इद्दां मेरी बांह फड़ ली आ। काकू की हाल ने, किवें आ पुत्त? इह बोलदा नहीं काकू दास, इहदा नां काकू दास, काकू दास बहुत घट बोलदा। इन्हें अपना नाम दस्या सी उदों जदों आया सीगा काकू दास। अज मास्टर जी इत्थे बैठ के कुर्सी ते बह जाओ, मास्टर जी अंदर कुर्सी ते बह जाओ, मास्टर जी कुर्सी ते आ जाओ, अंदर आ जाओ, उठो उठ खड़ो, कुर्सी लै लो, कुर्सी लै लो। मास्टर ब्रिगेडियर साहब सत श्री अकाल, कमांडर साहब ठीक ठाक हो? ठीक चाहिए जी, वाहिगुरू की कृपा बापू दे मेरे ते। इस तरह साडा विनोद आउंदा जी भाई, ये मुंडा वीडियो बनाउंदा सारा दिन, तुहाडे तक जिन्नियां भी वीडियो पहुँचाने सतनाम सिंह सारे फोन चकदा, जिन्ने भी तुसीं फोन करदे हो कोशिश करीदी आ। असीं तीन चार मैंबर आ जिहड़े फोन अटेंड करदे आ। हाँ राजकुमार खाणा खा लिया? हाँ तूं भी खा ले रवि? ठीक, दोनों भरा ने। ये साडा अरुण कुमार शुक्ला आ रहा वा, ये वीर दी बदौलत सेवा शुरू हुई, सब तो पहला मैंबर आ साडा। ते अरुण कुमार शुक्ले बाई दी सेवा महाराज ने बख्शी सानू। बापू आ रहा साढ़े को, छज्जू बाबा जी इन्हों बेटी नू, इन्हों बेटे नू लेके आए थे घर। ठीक है बापू, ठीक है भेज दिंदे। मैं रवि भाई, रवि नू मैं कहना आऊगा थोनू लैके जाऊगा, ठीक है कह दिना, मैं कह दिना। रवि वीर नू बेनती है भाई, नाले भैन नू भी साडी नू, नीनू भैन नू भी भैने, तुसीं बापू हुण ठीक है, संदीप भैन भी ठीक आ, आके जे तुसीं लैके जा सकदे हो तां बड़ा धन्नवाद होऊगा। ते इधर साडा निर्मला किवें आ? ठीक हाँ, पिछों झग्गा ठीक कर पिछों। हाँ निर्मल भी वीरा ठीक है। हुण साडे खड़े ने कुलवंत सिंह पोस्टमैन साहब, ठीक ठाक हो पोस्टमैन साहब? ठीक है पोस्टमैन साहब, केड़ा पिंड अपना? गगड़ा पिंड, जिला मोगा है ना, है ना जिला मोगा वा। पोस्टमैन साहब कित्थे, केड़े केड़े पिंडां ड्यूटी थोड़ी डाकी वाली? नहीं पहला पहला केड़े पिंडां सी? चीमा ते चुगा, दो पिंडां तुसी डाकिए सी? हाँ हाँ जाना आपां, चलांगे भाई चलांगे। ये साडे सुपनियां दा हस्पताल आ जी, एक क्वेश्चन मार्क पिछे लग्या होया, हजे भी 3 साल हो गया जी क्वेश्चन मार्क लगे नूं। वाहिगुरू मेहर करन, चंगे डॉक्टर हो सकन, चंगे डायग्नोस होने वाली मशीन सिटी स्कैन एक्सरे अल्ट्रासाउंड एम आर आई फिर इतने डायलिसिस करन दे लई साडे कोले ये मशीन होन। हर रोज़ एक दो बंदियां नूं मोड़ी रहा जिहड़े बेचारे गुरदियां दी परेशानी नाल पीड़ित ने, डायलिसिस करवाउण लई भी उहनां नूं घर दियां कल्लियां कल्लियां चीज़ां बेचणियां पैंदियां, ते जदों बाहरों करवाउने आ ਤਾਂ ਇੱਕ ਡਾਇਲਸਿਸ ਕਰੀਬ 2,500-3,000 ਚ ਹੁੰਦੀ ਆ, ਤੇ ਮਹੀਨੇ ਦੀਆਂ 5-5-6-6 ਡਾਇਲਸਿਸਾਂ ਹੁੰਦੀਆਂ ਇੱਕ ਬੰਦੇ ਦੀਆਂ, ਅਤੇ ਉਹ 5-5-6-6 ਡਾਇਲਸਿਸਾਂ ਕਰਾਉਣ ਲਈ ਉਹ ਪਰਿਵਾਰ ਕਿੱਦਾਂ ਲੋਕਾਂ ਮੂਹਰੇ ਹੱਥ ਅੱਡਣ ਲਈ ਮਜਬੂਰ ਹੋ ਜਾਂਦਾ, ਕਿੱਦਾਂ ਸਾਰੀਆਂ ਚੀਜ਼ਾਂ ਵੇਚਣ ਲਈ ਮਜਬੂਰ ਹੋ ਜਾਂਦਾ, ਉਹ ਅਸੀਂ ਭਲੀ ਭਾਰ ਸਮਝਦੇ ਹਾਂ ਕਿਉਂਕਿ ਅਸੀਂ ਖੁਦ ਇਸ ਦੁੱਖ ਨੂੰ ਇਸ ਕਸ਼ਟ ਨੂੰ ਵੰਡਾਇਆ ਹੋਇਆ ਵਾ। ਅਤੇ ਵਾਹਿਗੁਰੂ ਮਿਹਰ ਕਰਨ, ਇੱਕ ਇੱਥੇ ਬਿਨਾਂ ਕਿਸੇ ਪੈਸੇ ਲਏ ਤੋਂ, ਬਿਨਾਂ ਕਿਸੇ ਪਰਚੀ ਕੱਟੀ ਤੋਂ ਅਸੀਂ ਟ੍ਰੀਟਮੈਂਟ ਕਰਾ ਸਕੀਏ, ਅਸੀਂ ਡਾਇਲਸਾਂ ਕਰਾ ਸਕੀਏ ਉਹਨਾਂ ਭੈਣਾਂ ਭਰਾਵਾਂ ਦੀ, ਇੱਕ ਦਿਨ ਜ਼ਰੂਰ ਵਾਹਿਗੁਰੂ ਜੀ ਕਿਰਪਾ ਕਰਨਗੇ ਸਾਨੂੰ ਭਰੋਸਾ ਸੱਚੇ ਪਾਤਸ਼ਾਹ 'ਤੇ। ਕਿਉਂਕਿ ਇੱਥੋਂ ਸ਼ੁਰੂ ਹੋ ਕੇ 2016 ਦੀ ਫੋਟੋ ਆ ਢਾਬੇ ਦੀ, ਇੰਨੇ ਬੰਦੇ ਸੀ ਜਿੱਦਣ ਢਾਬੇ ਤੋਂ ਅਸੀਂ ਸ਼ਿਫਟ ਹੋਏ ਸੀਗੇ ਬਾਰਨਹਾੜੇ। ਇਹ ਉਹ ਬਾਰਨਹਾੜੇ ਦੀ ਫੋਟੋ ਆ ਜਿੱਥੇ ਅਸੀਂ ਤੰਬੂ ਲਾ ਕੇ ਤਰਪਾਲਾਂ ਦੇ ਵਿੱਚ ਰਹਿੰਦੇ ਸੀ। ਫਿਰ ਉਸ ਤੋਂ ਬਾਅਦ ਆਹ ਸਾਡੇ ਸੁਪਨਿਆਂ ਦੇ ਘਰ ਦੀ ਫੋਟੋ ਆ ਜਦੋਂ ਅਸੀਂ 2018 'ਚ ਇੱਥੇ ਆ ਗਏ ਸੀ। ਫਿਰ ਉਸ ਤੋਂ ਅੱਗੇ 2019-20-21 ਵੱਧਦੇ ਵੱਧਦੇ ਇੱਥੇ ਤੀਕਰ ਪਹੁੰਚ ਗਏ। ਸਾਡੇ ਬੱਚਿਆਂ ਨੇ ਸਕੂਲਾਂ 'ਚ ਮੈਡਲ ਜਿੱਤਣੇ ਸ਼ੁਰੂ ਕਰਤੇ, ਅਤੇ ਅੱਜ
ਸਾਡੇ ਕੋਲ 16 ਬੱਚੇ ਨੇ ਜਿਹੜੇ ਸਕੂਲਾਂ 'ਚ ਪੜ੍ਹਦੇ ਨੇ, ਜਿਹੜੇ ਆਉਣ ਵਾਲੇ ਸਮੇਂ 'ਚ ਇਸ ਸੰਸਥਾ ਦਾ ਨਾਮ ਰੋਸ਼ਨ ਕਰਨਗੇ, ਇਸ ਸੁਪਨਿਆਂ ਦੇ ਘਰ ਨੂੰ ਹੋਰ ਵੱਡਾ, ਇਸ ਸੁਪਨੇ ਨੂੰ ਹੋਰ ਵੱਡਾ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ, ਇਸ ਸੰਸਥਾ ਨੂੰ ਚਲਾਉਣਗੇ। ਜਿੱਦਾਂ ਚਾਨਣ ਵੀਰੇ ਦੀ ਗੱਲ ਕਰਦੇ ਸੀ, ਦੇਖੋ ਕਿਵੇਂ ਚਾਨਣ ਵੀਰਾ ਪ੍ਰਸ਼ਾਦਾ ਛੱਕ ਕੇ ਹਟਿਆ ਹੁਣ, ਅਤੇ ਕਿਵੇਂ ਉਹ ਅੱਜ ਵੀਰਾ ਆਪਣਾ ਜੀਵਨ ਚੰਗੇ ਤਰੀਕੇ ਨਾਲ ਜਿਉਣ ਵੱਲ ਨੂੰ ਵੱਧ ਰਿਹਾ ਹਾਂ। ਇਹ ਸਭ ਤੁਹਾਡੀਆਂ ਦਿੱਤੀਆਂ ਹੋਈਆਂ ਅਸੀਸਾਂ ਦੁਆਵਾਂ ਸਦਕਾ ਹੀ ਆ। ਕੋਮਲ ਆ, ਬੱਚਾ ਚੱਲ ਨਹੀਂ ਸਕਦਾ ਸੀ ਨਾ ਬੋਲ ਸਕਦਾ ਸੀਗਾ, ਅੱਜ ਤੁਹਾਡੇ ਸਾਹਮਣੇ ਆ, ਚੱਲ ਵੀ ਰਿਹਾ ਅਤੇ ਬੋਲਦਾ ਵੀ ਆ। ਇੱਦਾਂ ਹੀ ਉਹ ਸਾਹਮਣੇ ਸੋਨੂੰ ਪ੍ਰਸ਼ਾਦਾ ਛੱਕ ਰਿਹਾ, ਇਹ ਬੱਚਾ ਵੀ ਚੱਲ ਨਹੀਂ ਸਕਦਾ ਸੀਗਾ, ਹੁਣ ਚੱਲਣ ਵੀ ਲੱਗ ਗਿਆ ਵਾ। ਵਾਹਿਗੁਰੂ ਮਿਹਰ ਕਰੇ ਆਉਣ ਵਾਲੇ ਜੀਵਨ 'ਚ ਇਹ ਆਪਣੇ ਪੈਰਾਂ ਸਿਰ ਚੰਗਾ ਜੀਵਨ ਬਤੀਤ ਕਰੇ। ਸਾਹਮਣੇ ਬਾਪੂ ਜੀ ਬੈਠੇ ਨੇ, ਬਲਦੇਵ ਸਿੰਘ ਜੀ, ਇਹ ਵੀ ਬਹੁਤ ਮਾੜੀ ਹਾਲਤ ਦੇ ਵਿੱਚ ਸੀ, ਫਲੋਰ ਦੇ ਕੋਲ ਪੁਲ ਦੇ ਨਾਲ ਹੀ ਝੁੱਗੀ ਪਾ ਕੇ ਰਹਿੰਦੇ ਸੀ, ਬਹੁਤ ਅਪਸੈਟ ਸੀਗੇ। ਇਹ ਸਾਹਮਣੇ ਵੀਰਾ ਬੈਠਾ ਜਿਹੜਾ ਜੀਤਾ ਵਾ ਢੱਟਾਂ ਪਿੰਡ ਤੋਂ, ਵੀਰ ਦੇ ਪੈਰ 'ਚ ਵੀ ਕੀੜੇ ਪਏ ਹੋਏ ਸੀਗੇ ਅਤੇ ਹੱਥ ਦੇ ਵਿੱਚ ਵੀ, ਹੱਥ ਦੀ ਇੱਕ ਉਂਗਲ ਹੈ ਨਹੀਂ ਗੀ, ਕੀੜੇ ਖਾ ਗਏ ਸੀ, ਤਿੰਨ ਹੀ ਉਂਗਲਾਂ ਵਾ। ਇੱਧਰ ਵੀ ਵੀਰੇ ਦੇ ਪੈਰ 'ਚ ਕੀੜੇ ਪਏ ਹੋਏ ਸੀ, ਬਾਘੇ ਦੇ, ਇਹਨੂੰ ਬਾਘਾ ਬਾਰਡਰ ਤੋਂ ਹੀ ਲੈ ਕੇ ਆਏ ਸੀ ਅਸੀਂ, ਦਿਲਵਾਗ ਸਿੰਘ ਦਾ ਨਾਮ ਆ, ਪਾਕਿਸਤਾਨ ਦੇ ਬਾਰਡਰ 'ਤੇ ਵੀਰੇ ਬੈਠਾ ਸੀ। ਦਰਸ਼ੂ ਬਾਬਾ ਜੀ ਅੱਖਾਂ ਤੋਂ ਬਲਾਈਂਡ ਆ, ਲੱਖੇ ਪਿੰਡ ਤੋਂ ਲਿਆਏ ਸੀਗੇ, ਇਹ ਬਾਈ ਨੂੰ ਗੁਰਦਾਸਪੁਰ ਤੋਂ ਛੱਡ ਕੇ ਗਏ ਆ, ਬਾਈ ਨੂੰ ਬਹੁਤ ਮਾੜੀ ਹਾਲਤ ਸੀ, ਮੈਂਟਲੀ ਅਪਸੈਟ ਸੀ। ਗੁਰਦਿੱਤਾ ਸਾਡਾ ਮੋਗੇ ਤੋਂ ਆ ਬਾਈ, ਉੱਥੋਂ ਲੈ ਕੇ ਆਏ ਡਰੌਲੀ ਵਾਲੇ ਫਾਟਕਾਂ ਤੋਂ, ਕਿਉਂਕਿ ਹਰ ਇੱਕ ਬੰਦੇ ਦੀ ਆਹ ਬਾਈ ਨੂੰ ਪਰਸੋਂ ਹੀ ਲੈ ਕੇ ਆਏ ਹਾਂ ਅਸੀਂ, ਮਾਧੂ ਇਹਦਾ ਨਾਂ ਦੱਸਦਾ ਆਪਣਾ, ਲੁਧਿਆਣੇ ਘੰਟਾ ਘਰ ਚੌਂਕ ਦੇ ਕੋਲ ਪੁਲ ਦੇ ਥੱਲੇ ਪਿਆ ਸੀ, ਚੂੜਾ ਟੁੱਟਿਆ ਹੋਇਆ ਸੀ, ਬਾਈ ਦੀ ਵਿਚਾਰੀ ਦੀ ਬਹੁਤ ਮਾੜੀ ਹਾਲਤ ਸੀ। ਜਿਹੜਾ ਪਰਲੀ ਸਾਈਡ ਬਾਈ ਬੈਠਾ, ਉਹਨੂੰ ਦਹੇੜੂ ਵਾਲੇ ਫਾਟਕਾਂ ਤੋਂ ਲੈ ਕੇ ਆਏ ਸੀਗੇ ਖੰਨੇ ਕੋਲੋਂ, ਗੋਪਾਲ ਆਪਣਾ ਨਾਂ ਦੱਸਦਾ, ਕਈ ਦਿਨਾਂ ਤੋਂ ਪੁਲ ਦੇ ਥੱਲੇ ਪਿਆ ਸੀ ਬਾਈ ਵਿਚਾਰਾ। ਇਹ ਬਾਪੂ ਜੀ ਵੀ ਅੱਖਾਂ ਤੋਂ ਬਲਾਈਂਡ ਸੀਗੇ, ਇਹਨਾਂ ਨੂੰ ਵੀ ਦਿਖਾਈ ਨਹੀਂ ਸੀ ਦਿੰਦਾ, ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰੀ ਸਾਰੀ ਉਮਰ, ਅੱਖਾਂ ਤੋਂ ਦਿਖਣੋਂ ਹਟ ਗਿਆ। ਉਸ ਤੋਂ ਬਾਅਦ ਬਾਪੂ ਪਤਾ ਨਹੀਂ ਕਿਵੇਂ ਸੜਕ 'ਤੇ ਪਹੁੰਚ ਗਿਆ ਵਿਚਾਰਾ, ਉੱਥੋਂ ਲੈ ਕੇ ਆਏ, ਅਤੇ ਅੱਜ ਬਾਪੂ ਦੀ ਅੱਖਾਂ ਦੀ ਰੋਸ਼ਨੀ ਆ ਗਈ, ਆਪਰੇਸ਼ਨ ਹੋ ਗਿਆ, ਠੀਕ ਆ ਬਾਪੂ ਜੀ। ਇੱਦਾਂ ਹੀ ਬਾਪੂ ਪ੍ਰੀਤ ਸਿੰਘ ਘੱਟਾਂ ਪਿੰਡ ਤੋਂ ਲੈ ਕੇ ਆਏ ਸੀ, ਇਹਨੂੰ ਵੀ ਬਾਪੂ ਨੂੰ ਇਹਦੇ ਵੀ ਹੱਥ ਦੀ ਇੱਕ ਉਂਗਲ ਕੀੜੇ ਖਾ ਗਏ ਸੀਗੇ ਅਤੇ ਪੈਰ 'ਚ ਵੀ ਕੀੜੇ ਪਏ ਹੋਏ ਸੀ। ਇਹ ਬਾਪੂ ਨੂੰ ਜਲੰਧਰ ਤੋਂ ਲੈ ਕੇ ਆਏ ਹਾਂ, ਸਟੇਸ਼ਨ ਦੇ ਉੱਪਰ ਸਾਈਡ 'ਤੇ ਸ਼ੈੱਡ ਬਣਿਆ ਸੀ, ਉਹਦੇ ਥੱਲੇ ਸੌਂਦਾ ਸੀ, ਕਈ ਸਾਲਾਂ ਤੋਂ ਬੜੀ ਮਾੜੀ ਹਾਲਤ 'ਚ ਉੱਥੇ ਰਹਿੰਦਾ ਸੀ। ਹਰਿਆਣੇ ਦਾ ਰਹਿਣ ਵਾਲਾ, ਐਡਰੈਸ ਵੀ ਦੱਸਦਾ ਆਪਣਾ, ਪਰ ਕੋਈ ਨਹੀਂ ਪੁੱਛਦਾ ਪਿੱਛੇ। ਨਾ ਵਿੱਕੀ ਬੈਠਾ ਸਾਡਾ, ਇਹਨੂੰ ਰਾਜੂ ਕੋਚਰ, ਦਲਜੀਤ ਸਿੰਘ ਰਾਜੂ, ਇਹ ਬੱਚੇ ਨੂੰ ਇਹਦੀ ਮੰਮੀ ਨੂੰ ਇਹਦੇ ਡੈਡੀ ਨੂੰ ਲੁਧਿਆਣੇ ਜਮਾਲਪੁਰ ਤੋਂ ਲੈ ਕੇ ਆਏ ਸੀ, ਮੈਂਟਲੀ ਅਪਸੈਟ ਸੀ ਬੱਚਾ ਵੀ, ਆਪਣੇ ਮਲ ਮੂਤਰ 'ਚ ਲੱਥ ਪੱਥ ਪਿਆ ਸੀ, ਇਹਦੇ ਫਾਦਰ ਸਾਹਿਬ ਵੀ ਅਧਰੰਗ ਹੋ ਗਿਆ ਸੀ, ਉਹ ਵੀ ਬਹੁਤ ਮਾੜੀ ਹਾਲਤ 'ਚ ਪਏ ਸੀ। ਇਸੇ ਤਰ੍ਹਾਂ ਹੀ ਸਾਰੇ ਮੈਂਬਰਾਂ ਦੀਆਂ ਦੁੱਖ ਅਤੇ ਤਕਲੀਫਾਂ ਭਰੀਆਂ ਦਾਸਤਾਵਾਂ ਵਾ, ਅਤੇ ਜੇ ਤੁਹਾਡੇ ਨਾਲ ਇਸੇ ਤਰ੍ਹਾਂ ਸਾਂਝੀਆਂ ਕਰੀਏ ਤਾਂ ਬੜਾ ਲੰਬਾ ਹੋ ਜੂ ਇਸ ਵੀਡੀਓ ਦਾ ਦਾਇਰਾ। ਇਹ ਗੁਰਪ੍ਰੀਤ ਆ ਵੀਰ, ਸਿਧਾਣੇ ਪਿੰਡ ਤੋਂ ਲੈ ਕੇ ਆਏ ਸੀ, ਆ ਬਠਿੰਡੇ ਦੇ ਕੋਲ, ਰਾਮਪੁਰਾ ਫੂਲ ਦੇ ਕੋਲ, ਫੂਲ ਦੇ ਕੋਲ ਪਿੰਡ ਆ ਜੀ ਸਿਧਾਣਾ, ਸਿਧਾਣੇ ਪਿੰਡ ਦਾ ਵੀਰ ਬੜੀ ਮਾੜੀ ਹਾਲਤ ਦੇ ਵਿੱਚ ਨਰਕ ਵਰਗਾ ਜੀਵਨ ਕੱਟਣ ਲਈ ਮਜਬੂਰ ਸੀਗਾ। ਇਹਦੇ ਨਾਲ ਹੀ ਬਾਪੂ ਰਵੀ ਬੈਠਾ, ਅੱਖਾਂ ਤੋਂ ਬਲਾਈਂਡ ਆ, ਇਹਨੂੰ ਲੁਧਿਆਣੇ ਤੋਂ ਲਿਆਏ ਸੀਗੇ, 3 ਸਾਲ ਤੋਂ ਬਾਪੂ ਸੜਕ ਦੇ ਕਿਨਾਰੇ 'ਤੇ ਪਿਆ ਨਰਕ ਕੱਟ ਰਿਹਾ ਸੀ, ਅੱਖਾਂ ਤੋਂ ਅੰਨਾ ਹੋ ਗਿਆ ਸੀ ਵਿਚਾਰਾ, ਅਤੇ ਅੱਜ ਵਾਹਿਗੁਰੂ ਦੀ ਮਿਹਰ ਦੇ ਨਾਲ ਆਪਣਾ ਪ੍ਰਸ਼ਾਦਾ ਪਾਣੀ ਛੱਕ ਕੇ ਹਟੇ ਨੇ, ਵਧੀਆ ਮੰਜਾ ਬਿਸਤਰਾ ਚੰਗੀ ਇੱਜ਼ਤ ਭਰੀ ਜ਼ਿੰਦਗੀ ਜਿਉਂਦੇ ਨੇ। ਹੁਣ ਜਿਵੇਂ ਜਿਵੇਂ ਪ੍ਰਸ਼ਾਦਾ ਛੱਕ ਕੇ ਸਾਰੇ ਬਾਹਰ ਜਾਈ ਜਾਂਦੇ ਨੇ, ਆਪੋ ਆਪਣੇ ਭਾਂਡੇ ਉੱਥੇ ਰੱਖ ਕੇ ਆਉਂਦੇ ਨੇ ਜਿੱਥੇ ਧੋਣੇ ਆ, ਅਤੇ ਇਹਦੀਆਂ ਸਫਾਈਆਂ ਹੁਣ ਸਾਡੇ ਵਲੰਟੀਅਰਾਂ ਨੇ ਲੱਗ ਕੇ ਇੱਥੇ ਸਾਰੇ ਝਾੜੂ ਮਾਰ ਦੇਣਾ, ਪ੍ਰਸ਼ਾਦਾ ਛਕਣ ਤੋਂ ਬਾਅਦ ਝਾੜੂ ਮਾਰਨ ਤੋਂ ਬਾਅਦ
इतने मंजे लग जाने सारे ने मंजे ते बैठ जाना वा ते सर सामने LCD लगी हुई है फिर कोई ना कोई धार्मिक प्रोग्राम जां साडियां इत्थे अंदरलियां वीडियो जां कोई मूवी जो भी इन्हां दा मन हुंदा उह दिखाउंदे आ। फिर 3 बजे एक्टिविटी क्लास हुंदी आ जिहदे विच सारे रल के एक्टिविटीज़ करदे ने, भंगड़ा पाउंदे ने, सरपंच साहब आउंदे ने। सरपंच साहब सत श्री अकाल। ते बापू गोपाल उधर हस्पताल वाली बिल्डिंग दे विच आ, माइया अलग ने उधरले पासे उन्हां दा आपदा एक गुरु ने आसरा बना के दिता हुआ, छत दिती हुई है माइया नूं। ते इस तरह ही एक बापू बजुर्गों वास्ते भी शैड अलग उधर बनया हुआ वा। अज ऐतवार ऐतवार नूं बाहर कैंप भी लग्या हुआ वा। हाँ अबिराल किदा, अभी किया किदा भीरे, अभी ठीक है? हाँ दुर्लभ ठीक है भीरे, बड़िया मुछा चाड़िया दुर्लभ है। और अभी ठीक है पुत, इतने कोई दिक्कत तो नहीं? खुश हो इत है? जी नहीं लगता? हाँ कोई ना, उत्थे भी चलांगे, घरे भी चलांगे, जी भी लगूगा। आप घूम घूम के आइए करा दें। मामा जी का नंबर है? उदन अपनी गल भी हुई सी मामा जी ने, करा दो गल इन्हों की, कोई ना करा देने बिलाल गल। चलो बहर घूम के आइए आप थोड़ा जा। हाँ दबा दें, हाँ चलते हैं बहर घूमन चलते हैं। किन्नी तरीक नए थे आप? 17 नु आए। कि 17 थी? 17 जुलाई नु आए। ऐतवार से उदन रात नु पहुंचे थे ना। कोई ना, जो अपना कैंप बाहर डॉक्टर आया हुआ, मैं चेकअप करवाने, ठीक है? तू ठीक है ना? तू पहला ना ठीक है? और सरपंच साहब थोड़ी प्रजा ठीक है सारी है? ठीक है। वाहेगुरु जी का खालसा, वाहेगुरु जी की।